ਸਖਤੀ ਨਾਲ ਹੋਇਆ, ਅੱਲਾਹ ਤਾਲਾ ਦੀ ਮਰਜ਼ੀ ਦੇ ਖਿਲਾਫ ਨਹੀਂ ਹੋਇਆ। ਤੇ ਬਾਕੀ ਇਹ ਬਈ ਇਨਸ਼ਾਅੱਲਾ ਪ੍ਰੋਗਰਾਮ ਦੁਬਾਰਾ ਵਤ ਹੋ ਸੀ, ਤੁਸੀਂ ਸਾਥੀ ਸਾਰੇ ਮਿਲ ਕੇ ਇਤਫਾਕ ਨਾਲ ਜੇ ਅਗਰ ਰਸਤ ਇਨਸ਼ਾਅੱਲਾ ਅੱਲਾਹ ਤਾਲਾ ਜ਼ਰੂਰ ਸਰ ਬੁਲੰਦੀ ਦੇ ਸੀ, ਤੇ ਤਾਲਾ ਜਿਹੜਾ ਮੁਖਾਲਫੀਨ ਨੂੰ ਵੀ ਹਿਦਾਇਤ ਦੇ। ਬਾਕੀ ਆਪਸ ਦੇ ਅੰਦਰ ਮੂੰਹ ਮਾਰੀ ਕਰਨ ਦੀ ਜ਼ਰੂਰਤ ਕੋਈ ਨਹੀਂ, ਗਲਤੀ ਹੈ ਤੇ ਕਹਿੰਦੀ ਜੀ 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 ਇੱਕ ਬੰਦਾ ਲੜਨ ਨਾਲ ਜਾਂ ਕੋਈ ਬੇਚਾਕੀ ਨਾਲ ਕੋਈ ਫਾਇਦਾ ਨਹੀਂ ਜੀ ਜੀ ਨਹੀਂ ਬਾਤ ਸ਼ਾਉਨਾ ਇਲਾ ਅਈ ਇਨਸ਼ਾਅੱਲਾ ਰੱਬੁਲ ਆਲਮ ਤੁਸੀਂ ਕੁਝ ਨਹੀਂ ਵਿੱਚ ਆ ਸਕਦੇ, ਜਿੰਦਾ ਉਹ ਕੁਝ ਜਿਹੜਾ ਮੇਰਾ ਅੱਲਾ ਚਾਹੁੰਦਾ। ਅਗਰ ਬੰਦੇ ਦੇ ਚਾਹਵਾਂ ਨਾਲ ਆਉਂਦਾ ਤਾਂ ਅੱਜ ਪਤਾ ਨਹੀਂ ਦੁੱਧ ਪਾਓ ਕੋਈ ਇੱਥੇ ਰਾਵਣ ਕੋਈ ਨਹੀਂ ਦੇਦਾ, ਠੀਕ ਹੈ ਨਾ। ਤੇਲ ਤਲੇ ਦੇ ਦੁਸ਼ਮਣ ਹਰ ਦੁਸ਼ਮਣ ਜ਼ੋਰ ਲੈ ਸੀ, ਹਾਲਾਂਕਿ ਕਹਿੰਦੀ ਜ਼ਾਤੀ ਇੱਥੇ ਕੋਈ ਤਜ਼ਾਦ ਵਾਲੀ ਗੱਲ ਨਹੀਂ, ਨਾ ਕੋਈ ਸ਼ਾਇਦ ਮੈਂ ਕਹਿੰਦੀ ਵਜੂਦ ਕੋ ਨਹੀਂ ਜਾਣਦਾ, ਕੋਈ ਮੇਰੇ ਕੋਲ ਨਹੀਂ ਜਾਣਦਾ, ਕਹਿੰਦਾ ਕੋਈ ਇੱਕ ਬਾਅਦ ਇਖਤਲਾਫ, ਅਸਲ ਗੱਲ ਇਹ ਮਸਲੇ ਦਾ ਕੁਰਾਨ ਦਾ। ਇਹ ਮੁਖਾਲਫਤ ਸਾਡੀ ਜਮਾਤ ਦੀ ਨਹੀਂ, ਬਿਹਮਦਿੱਲਾ ਸਭ ਕੋ ਖੁਸ਼ੀ ਹੈ, ਮੁਖਾਲਫਤ ਅੱਲਾ ਦੇ ਕੁਰਾਨ ਦੀ। ਹਾਂ ਅਸਾਂ ਵੰਜ ਕਰੂੰ ਇੱਥੇ ਕੁਰਾਨ ਬਿਆਨ ਕਰ ਵਜੂ ਹਾਂ, ਅਤੇ ਵੱਧ ਕੋਈ ਇਤਰਾਦ ਵਾਲਾ ਵੀ ਇਹ ਜ ਨਹੀਂ ਅਤੇ ਇੰਜ, ਅਤੇ ਇਨਸ਼ਾਅੱਲਾ ਇਹ ਸਾਡਾ ਦਾਅਵਾ ਹੈ ਕਿ ਸਾਡੇ ਮੂੰਹ ਚੋਂ ਕੁਰਾਨ ਅਤੇ ਸੁਨਤ ਹੀ ਨਿਕਲਿਆ, ਹੋਰ ਕੋਈ ਚੀਜ਼ ਨਹੀਂ ਨਿਕਲਿਆ। ਹਾਂ ਬਿਹਮਦਿੱਲਾ ਇਹ ਸਾਬਿਤ ਕਰੋ ਹਾਂ ਕਿ ਜਿਹੜਾ ਕੁਰਾਨ ਦਾ ਦੁਸ਼ਮਣ ਹੈ ਨਾ ਉਹ ਮੁਸਲਮਾਨ ਦਾ ਖੈਰ ਖਾਂ ਨਹੀਂ। ਇਹ ਕੋਈ ਸਾਡੀ ਜਮਾਤ ਬਿਹਮਦਿੱਲਾ ਰੱਖੀ ਗਈ ਹੈ ਤਾਂ ਬੁਨਿਆਦ ਅੱਲਾ ਦੇ ਕੁਰਾਨ 'ਤੇ ਰੱਖੀ, ਸੁਨਤ ਰਸੂਲੁੱਲਾ 'ਤੇ ਰੱਖੀ ਗਈ ਹੈ, ਇਹ ਜਮਾਇਤ ਸਹਾਬਾ 'ਤੇ ਰੱਖੀ ਗਈ ਹੈ, ਐਮ ਏ ਮੁਜਤਹਿਦੀਨ ਆਖਰੀ ਦੋ ਦਰਜਿਆਂ ਦੇ ਜਿਹੜੇ ਪੁਆਇੰਟ ਹਨ ਤਾਂ ਅਸਲ ਦਰਜੇ ਕੁਰਾਨ ਉਹ ਸੁਨਤ ਹੈ। ਔਰ ਸਾਡਾ ਕੋਈ ਇਹ ਤੁਹਾਡਾ ਨਵਾਂ ਥੋੜ੍ਹਾ ਪ੍ਰੋਗਰਾਮ ਹੈ ਵੀ ਅੱਜ ਹੀ ਤੁਹਾਡੇ ਨਾਲ ਇਹ ਥੀਂਦਾ ਪਏ ਅਤੇ ਉਹ ਥੀਂਦਾ ਪਏ, ਜਾਂ ਸਾਡਾ ਸਿਰੇ ਕੋਲੋਂ ਨਵੀਂ ਖੇਡ ਹੋਇਆ ਵੀ ਅੱਜ ਪ੍ਰੋਗਰਾਮ ਸੀ, ਖੁਦਾ ਜਾਣਦੇ ਕਹਿ ਕੋ ਘਬਰਾਈ ਵਾਲਾ ਸਭ ਇਕੱਲੇ ਸਨ, ਕਹਿ ਕੋ ਕਹਾਣੀ ਸੁਣੇ ਸਨ, ਕਹਿ ਕੋ ਅਕਸਰ ਕਬਰ ਦੇ ਸਰਾਧੂ ਵੰਜ ਕੇ ਸਾਧ, ਕੋਈ ਅਕਸੀ 11ਵੀਂ ਵਡਾ, ਕੋਈ ਅਕਸੀ 13ਵੀਂ ਦੇ, ਕੋਈ ਅਕਸੀ 12ਵੀਂ ਦੇ, ਲੋਕਾਂ ਦੇ ਦੁੱਧ ਖਰਾਬ ਕਰੇ ਸਨ। ਬਿਹਮਦਿੱਲਾ ਅਸਾਂ ਬਿਆਨ ਕਰੇ ਤਾਂ ਹੁਰੇ ਮਾਤਾ ਲਈ ਕੁਮੋਲ ਮਾਇਤਾ ਤੋਂ ਵੱਧ ਮੋਲਾ ਆਪਣਾ ਖਰੀਦੀ ਹੈ ਮਾ ਹਿੱਲਾ ਬਹੀ ਨੇ ਗੈਰ ਇਲਾ ਕਿ ਲੋਗੋ ਹਰਾਮ ਕੋਲ ਬਚ ਵਜੋ, ਖੰਜ਼ੀਰ ਕੋਲ ਬਚ ਵਜੋ, ਗੈਰ ਉੱਲਾ ਦੀਆਂ ਨਜ਼ਰੇ ਲਿਆਜ਼ਾ ਦੇਵਣ ਤੋਂ ਬਚ ਵਜੋ, ਖੰਜ਼ੀਰ ਤੋਂ ਵੱਧ ਕੇ ਹਰਾਮ ਨੇ। ਬਾਕੀ ਜਿਹੜਾ ਵੀ ਮਸਲਾ ਪਾਏ ਵਜੇ ਨਾ ਰੋਲੇ ਪਾਵਣ ਦੀ ਜ਼ੋਰ ਨਹੀਂ, ਫਿਨ ਤਨਾਜ਼ਾ ਤੁਮ ਅਗਰ ਤੁਸੀਂ ਝਗੜੀ ਪਵੋ ਤਾਂ ਫਰੁੱਦੂ ਹੋ ਇਲਾ ਅੱਲਾ ਦੀ ਤਰਫ ਕੋ ਲੁਟਾਓ, ਵ ਰਸੂਲ ਰਸੂਲ ਦੀ ਤਰਫ ਲੁਟਾਓ, ਅਗਰ ਤੁਹਾਡੇ ਅੰਦਰ ਰੱਤੀ ਇਬਾਨ ਦੀ ਹੈ ਤਾਂ ਆਪਾਂ ਦੀ ਭਿੜਨ ਦੀ ਲੋੜ ਨਹੀਂ ਤੁਹਾਨੂੰ, ਅਗਰ ਆਪਾਂ ਦੀ ਭਿੜਨ ਦੀ ਲੋੜ ਹੋਵੇ ਤਾਂ ਲਾਈਵੇਂ ਭਿੜਵਾਈ ਰੱਖਿਆ ਖੁਦ ਰਸੂਲ ਕੋ ਅੱਲਾ ਆਖੇ ਕਿ ਮੇਰਾ ਪੈਗੰਬਰ ਯਹੂਦੀਆਂ ਕੋ ਕਿਤਾਬ ਦਿੱਤੀ ਸੀ, ਮਨ ਲਮ ਯਾਕੁਮ ਬਿਮਾਨ ਜ਼ਲ ਫੌਲਾ ਇਕ ਹੁਮੁਲ ਕਾਫਿਰ ਹੋ, ਅਸਾਂ ਉਹਨਾਂ ਕੋ ਆਖੇ ਕਿਤਾਬ ਗਿੰਦੋ, ਲੇਕਿਨ ਗੱਲ ਸੁਣੋ ਇਹ ਕਿਤਾਬ ਦੇਦੇ ਪਏ ਲੇਕਿਨ ਅਗਰ ਫੈਸਲੇ ਦੇ ਮੁਤਾਬਿਕ ਨਹੀਂ ਕੀਤੇ ਤਾਂ ਵੱਡੇ ਕਾਫਿਰ ਤੁਸਾਂ ਹੋ ਸੋ, ਮਨ ਲਮ ਯਾਕੁਮ ਬਿਮਾਨ ਜ਼ਲ ਫੌਲਾ ਇਕ ਹੁਮੁਲ ਕਾਫਿਰ ਹੋ। ਜੇ ਵਾਰੀ ਆਈ ਪਿੱਛੋਂ ਈਸਾ ਅਲੈਹਿ ਸਲਾਮ ਦੀ, ਹਾਂ ਈਸਾ ਅਲੈਹਿ ਸਲਾਮ ਕਿਤਾਬ ਗਿਨਵਾ ਦੇ ਆਪਣੀ ਉਮਤ ਕੋ, ਔਰ ਉਹਨਾਂ ਕੋ ਇਹ ਦਸਾ ਦੇ ਕਿ ਹੁਣ ਜਿਹੜੇ ਝਗੜੇ ਤੁਹਾਡੇ ਪਏ ਵਜੇ ਆਪਣੀ ਮਰਜ਼ੀ ਦਾ ਨਾ ਕਰੇ, ਇਹ ਕਿਤਾਬ ਦੇ ਮੁਤਾਬਿਕ ਕਰੇ, ਇੰਜੀਲ ਦੇ ਮੁਤਾਬਿਕ ਕਰੇ, ਮਨ ਲਮ ਯਾਕੁਮ ਬਿਮਾਨ ਜ਼ਲ ਫੌਲਾ ਇਕ ਹੁਮੁਲ ਫਾਸਿਕੋ, ਕਿਤਾ ਹੀ ਆਖੇ ਜ਼ਾਲਿਮੋ, ਜਿਹੜੇ ਤ੍ਰੀਏ ਫਤਵੇ ਆਖ ਲਿਆ ਕੁਮਤਾ ਤੇ ਲੈਸ ਇਸ ਕੁਰਾਨ ਵਾਲੇ ਮੰਨਾ ਕੋ ਮੇਰਾ ਪੈਗਾ ਅਨਜ਼ਲ ਨਹੀਂ ਲੈ ਕੋ, ਇਹ ਅਸਤੇ ਕੋ ਕਿਤਾਬ ਦੇ ਦੇ ਪਏ, ਲੇਕਿਨ ਕਿਤਾਬ ਇਵੇਂ ਨਹੀਂ ਛੋਟੀ ਨਹੀਂ, ਮੁਸੱਦੇ ਇਕੱਲੇ ਮਾਂ ਪਾਏ ਨਾ ਯਦਾ, ਇਹ ਕਿਤਾਬ ਤੁਰਾਤ ਦੀ ਵੀ ਤਸਦੀਕ ਕਰੇ ਸੀ, ਇੰਜੀਲ ਦੀ ਵੀ ਤਸਦੀਕ ਕਰੇ ਸੀ, ਜ਼ਬੂਰ ਦੀ ਵੀ ਤਸਦੀਕ ਕਰੇ ਸੀ, ਬਾਕੀ ਜਿਹੜੇ ਸਈਫ ਇਬਰਾਹੀਮ ਹੈ ਉਹਨਾਂ ਦੀ ਵੀ ਤਸਦੀਕ ਕਰੇ ਸੀ, ਮੁਹਿੰਮ ਇਹਨਾਂ ਨਾਲ ਹੈ, ਇਹ ਨਿਗਰਾਨ ਵੀ ਉਹਨਾਂ ਦੇ ਉੱਤੇ, ਅਤੇ ਇੱਕ ਗੱਲ ਤੂੰ ਵੀ ਸੁਣ ਗਏ, ਫਾ ਕੁਮ ਬੈਨ ਉਮ ਤੂੰ ਵੀ ਫੈਸਲਾ ਕਰੇ ਲੋਕਾਂ ਦੇ ਮਾਂ ਬਹਿਣ ਤਾਂ ਵੀ ਮਾਂ ਅਨਜ਼ਲ ਲਾਓ, ਜਿਹੜੇ ਅੱਲਾ ਨਾਜ਼ਿਲ ਕੀਤੇ ਨਾ ਕੁਰਾਨ ਇਹਦੇ ਮੁਤਾਬਿਕ ਫੈਸਲਾ ਕਰੇ, ਇਹਦੇ ਮੁਤਾਬਿਕ ਫੈਸਲਾ ਕਰੇ ਤੂੰ ਵੀ, ਲੇਕਿਨ ਇੱਥਾਂ ਅੱਲਾ ਨੇ ਸਾਹ ਦਿੱਤਾ ਤੁਰਾਤ ਵਾਲੇ ਫੈਸਲਾ ਤੁਰਾਤ ਦੇ ਮੁਤਾਬਿਕ ਨਾ ਕਰੇ ਸਨ ਤਾਂ ਕਾਫਿਰ ਬਣ ਸਨ, ਜ਼ਾਲਿਮ ਬਣ ਸਨ, ਇੰਜੀਲ ਵਾਲੇ ਫੈਸਲਾ ਮੁਤਾਬਿਕ ਨਾ ਕਰੇ ਸਨ ਤਾਂ ਕਾਫਿਰ ਇੰਜੀਲ ਬਣ ਸਨ, ਔਰ ਕੁਰਾਨ ਦੇ ਮੰਨਣ ਵਾਲੇ ਉਦੋਂ ਤੁਸਾਂ ਅਗਰ ਮੁਨਕਰ ਬਣ ਗਏ ਹੋ ਤਾਂ ਤੁਹਾਡੀ ਕਿਤਾਬ ਵੀ ਆਖਰੀ ਹੈ, ਰਸੂਲ ਵੀ ਆਖਰੀ ਹੈ, ਜ਼ਾਲਿਮ ਵੀ ਉਸ ਹੋ, ਕਾਫਿਰ ਵੀ ਉਸ ਹੋ ਤੇ ਫਾਸਿਕ ਵੀ ਹੋ। ਇਸ ਗੱਲ ਅਲਹਮਦੁਲਿਲਾ ਸਾ ਕੋ ਖੁਸ਼ੀ ਇਸ ਗੱਲ ਦੇ ਉੱਤੇ, ਬਿਹਮਦਿੱਲਾ ਸਾਰੇ ਅੱਲਾ ਦੀ ਕਸਮ ਕਰਕੇ ਮੈਂ ਤੋਂ ਵਾਅਦਾ ਪਿਆ, ਤੁਸਾਂ ਮੰਨੋ ਜਾਂ ਨਾ ਮੰਨੋ ਮੇਰਾ ਖੁਦਾ ਗਵਾਹ ਹੈ, ਮੇਰਾ ਦਿਲ ਤੁਹਾਨੂੰ ਦੇਖ ਕੇ ਖੁਸ਼ ਹੋ ਗਏ, ਮੈਂ ਆਪ ਗੱਕਿਆ ਪਾਪਾ ਤੁਹਾਨੂੰ ਮਿਲਦਾ ਹੋ ਤਾਂ ਮੈਂ ਸਿਰਫ ਤੁਹਾਡੀ ਸਾਡੀ ਮੁਹੱਬਤ ਮਿਲਦਾ ਵੀ, ਵਰਨਾ ਤੁਹਾਡੀ ਸਾਡੀ ਉਮਰ ਢੁੱਕਦੀ ਨਹੀਂ, ਅਸਲ ਤੁਹਾਡੇ ਤੋਂ ਛੋਟੇ ਹੈ, ਤੁਸਾਂ ਸਾਡੇ ਪਿਓਾਂ ਦੇ ਸਹਿਗੇ ਹੋ, ਕੋਈ ਸਾਡੇ ਪਿਓ ਦੇ ਸਹਿਗੇ ਖੜੇ ਹੋ, ਕਈ ਸਾਡੇ ਵਿਰਾਹ ਖੜੇ ਹੋ, ਕਈ ਸਾਡੇ ਕੋਲ ਛੋਟੇ ਭਤਰੀਜਾ ਸਹਿਗੇ ਹੋ, ਸਿਰਫ ਮੁਹੱਬਤ ਤੇ ਰਿਸ਼ਤਾ ਤੁਹਾਡਾ ਸਾਡੇ ਇਮਾਨ ਵਾਲਾ, ਇਨਸ਼ਾਅੱਲਾ ਇਮਾਨ ਵਾਲਾ ਰਿਸ਼ਤਾ ਨਹੀਂ ਤੋੜ ਸਕਦਾ, ਇਹ ਵਾਅਦਾ ਹੈ
باقی نسبت والا سکنے نہیں دیتی ابراہیم دا پیو ہا ہائی تا یونس علیہ السلام دا بھی پوتر ہا نبی علیہ السلام دا چاچا سکا حضرت علی دا بھی پیو ہا اس گلو جرا نسبت ایمان علی ہے نا اللہ دی قسم ہے بہشت دی بنیادی ایمان دے سر تے نسبت ہوندی ہے دنیا دی وراثت حاصل کرنی ہوئے نا تسا تا نسب اے عام ہونا ضروری ہے پیو دا پوتر ہوئے کنو ماں دا رشتہ لڑے کنو نانی پہ لڑ دی ہوئے کنو ڈاڈی لڑ دی پیو اللہ فرمائے ساڈے کول جڑا رشتہ محبت تے پیار والا او ایمان والا ضرور ہے ایمان والا رشتہ گن کے آسو تسا تواڈے ہے رسول بھی ساڈا تواڈا ہے بہشتا بھی اسا نال لے سو اگر اے رشتہ نہ گیدا سو تے کراڑ دے کراڑ ہی رہسو تواڈا ساڈا تعلق ہی کوئی نہ ہو اس گلو الحمدللہ ساڈا اے ایمان ہے ساڈا یقین ہے کہ جتھے ایمان آ وجے نا اتھے خیش پرستیاں نہیں آندیا ہونیا جتھے ایمان آ ونے اتھے منافقت نہیں آندی ہوندی اے دوگلے پل اتھائی آندے ہوندے جتھے ایمان نہیں ہوندے دو قوم رسول اللہ دے دور دے اندر چھویں سپارے دوائیں سورت مائدہ دوائیں کے مطالعہ کرائے جدہ وات چڑھ کے کفر چ حصہ گیدا ہے ایک منافقہ گیدا ہے حصہ کفر چ ود کے تے دوجے نمبر دے اتے یہودیاں گیدا ہے اللہ فرمائے میرا پیغمبر اے تو تے انہاں کو ایمان دو کھچے سے لیکن ایمان دو نہیں آ سکدے لیکن خیال رکھ اگر پہلے تا تے کو اسا بولا دے دیں اگر کدی تیرے کول فیصلہ گیند بھی آوین تو تو کار کرے سے تا وقت ایک سادے خیال رکھے این حکم تا اگر تو فیصلہ کرے تا فاکم بینو بل قسط تا فیصلہ انصاف نال کرے اس گلو گھر چرا سو اپنے چرا سو یا نہیں کوئی مسئلے تے کی تھی تناز اٹھی وجے کہیں دے مولوی دی کتاب نہیں پیر دی ضرورت نہیں حضرت دے قول دی ضرورت اللہ دے قرآن کو ویکھ لو اللہ دے قرآن تو اگر سیسی کے نظریے دا مسئلہ کیا چیز ہے جتھے اللہ دے قرآن اتفاق کر لے وے بات اتھے نہ دکھائے فلانے حضرت صاحب ہیں فلانے پیر صاحب ہیں اس گلو الحمدللہ ہو گئی تو کوئی گل نہیں کہ ساری ذات دی مخالفت نہیں اصل اللہ دے قرآن دی مخالفت سارے آمنہ قبول کرے وما علینا الا الفضل